ਅਸੀਂ ਦੱਸਣਾ ਚਾਹੁੰਦੇ ਹਾਂ ਸਾਧ ਸੰਗਤ ਨੂੰ ਵੀ ਭਾਈ ਗੁਰਜੀਤ ਸਿੰਘ ਖਾਲਸੇ ਨੂੰ ਅੱਜ 41 ਦਿਨ ਹੋ ਗਏ ਬੈਠਿਆਂ ਨੂੰ ਉੱਤੇ ਟਾਵਰ 'ਤੇ, ਅੱਜ ਉਹਨਾਂ ਨੂੰ 41ਵਾਂ ਦਿਨ ਹੈ। 12 ਅਕਤੂਬਰ ਤੋਂ ਬੈਠੇ ਨੇ ਉਹ ਇੰਨੇ ਉੱਚੇ ਟਾਵਰ 'ਤੇ, ਪਰ ਪੰਜਾਬ ਸਰਕਾਰ ਵੱਲੋਂ ਸਾਡੇ ਹਲਕੇ ਦੇ ਇੱਥੇ MLA ਤਾਂ ਆਏ ਤਾਂ 1-2 ਵਾਰ ਪਹਿਲਾਂ, ਪਰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਵੱਲੋਂ ਅਜੇ ਤੱਕ ਕੋਈ ਨਹੀਂ ਆਇਆ ਸੀ। ਅੱਜ ਪਹਿਲੀ ਵਾਰ ਮੁੱਖ ਮੰਤਰੀ ਦੇ ਨੁਮਾਇੰਦੇ ਵਜੋਂ ਮਾਲਵਿੰਦਰ ਸਿੰਘ ਕੰਗ, ਇਹਨਾਂ ਦਾ ਜਿਹੜਾ ਚੀਫ ਮੁੱਖ ਬੁਲਾਰਾ ਹੈ ਅਤੇ ਮੈਂਬਰ ਪਾਰਲੀਮੈਂਟ ਅਨੰਦਪੁਰ ਸਾਹਿਬ ਤੋਂ, ਉਹਨੂੰ ਭੇਜਿਆ ਗਿਆ ਸੀ ਮੁੱਖ ਮੰਤਰੀ ਸਾਹਿਬ ਤੋਂ, ਅੱਜ ਇੱਥੇ ਗੁਰਜੀਤ ਸਿੰਘ ਖਾਲਸਾ ਦਾ ਪਤਾ ਲੈਣ ਅਤੇ ਉਹਦੀਆਂ ਮੰਗਾਂ ਬਾਰੇ ਵਿਚਾਰ ਕਰਨ ਵਾਸਤੇ ਇੱਥੇ ਅੱਜ ਉਹਨਾਂ ਨਾਲ ਬਹੁਤ ਸੋਹਣੀ ਵਧੀਆ ਮੀਟਿੰਗ ਹੋਈ ਅਤੇ ਗੁਰਜੀਤ ਸਿੰਘ ਖਾਲਸਾ ਨਾਲ ਵੀ ਵਿਚਾਰ ਹੋਏ ਅਤੇ ਉਹਨਾਂ ਨੇ ਪੂਰਾ ਵਿਸ਼ਵਾਸ ਦਵਾਇਆ ਵੀ ਇਹ ਮੁੱਦਾ ਦੇਖੋ ਕੇਂਦਰ ਦਾ, ਇਹ ਰਾਸ਼ਟਰਪਤੀ ਨੇ ਸੈਨ ਕਰਨੇ। ਉਹ ਕਹਿੰਦੇ ਅਸੀਂ ਰਾਸ਼ਟਰਪਤੀ ਨੂੰ ਮਿਲਾਂਗੇ, ਅਸੀਂ ਉੱਥੇ ਧਰਨਾ ਪ੍ਰਦਰਸ਼ਨ ਵੀ ਜੇ ਕਰਨਾ ਪਿਆ ਉੱਥੇ ਪਾਰਲੀਮੈਂਟ 'ਚ ਪੂਰੀ ਇਸ ਮੰਗ ਨੂੰ ਉਠਾਵਾਂਗੇ। ਸਾਡੇ 10 ਰਾਜਸਭਾ ਮੈਂਬਰ ਨੇ, 3 ਅਸੀਂ ਹਾਂ, ਅਤੇ ਉਹ ਕਹਿੰਦੇ ਅਸੀਂ 13 ਦੇ 13 ਬੰਦੇ ਉੱਥੇ ਪੂਰਾ ਮੁੱਦਾ ਗੁਰੂ ਗ੍ਰੰਥ ਸਾਹਿਬ ਦਾ ਉਠਾਵਾਂਗੇ। ਅਸੀਂ ਦੱਸਣਾ ਚਾਹੁੰਦੇ ਹਾਂ ਸਾਧ ਸੰਗਤ ਨੂੰ ਵੀ ਭਾਈ ਗੁਰਜੀਤ ਸਿੰਘ ਖਾਲਸੇ ਨੂੰ ਅੱਜ 41 ਦਿਨ ਹੋ ਗਏ ਬੈਠਿਆਂ ਨੂੰ ਉੱਤੇ ਟਾਵਰ 'ਤੇ, ਅੱਜ ਉਹਨਾਂ ਨੂੰ 41ਵਾਂ ਦਿਨ ਹੈ। 12 ਅਕਤੂਬਰ ਤੋਂ ਬੈਠੇ ਨੇ ਉਹ ਇੰਨੇ ਉੱਚੇ ਟਾਵਰ 'ਤੇ, ਪਰ ਪੰਜਾਬ ਸਰਕਾਰ ਵੱਲੋਂ ਸਾਡੇ ਹਲਕੇ ਦੇ ਇੱਥੇ MLA ਤਾਂ ਆਏ ਤਾਂ 1-2 ਵਾਰ ਪਹਿਲਾਂ, ਪਰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਵੱਲੋਂ ਅਜੇ ਤੱਕ ਕੋਈ ਨਹੀਂ ਆਇਆ ਸੀ। ਅੱਜ ਪਹਿਲੀ ਵਾਰ ਮੁੱਖ ਮੰਤਰੀ ਦੇ ਨੁਮਾਇੰਦੇ ਵਜੋਂ ਮਾਲਵਿੰਦਰ ਸਿੰਘ ਕੰਗ, ਇਹਨਾਂ ਦਾ ਜਿਹੜਾ ਚੀਫ ਮੁੱਖ ਬੁਲਾਰਾ ਹੈ ਅਤੇ ਮੈਂਬਰ ਪਾਰਲੀਮੈਂਟ ਅਨੰਦਪੁਰ ਸਾਹਿਬ ਤੋਂ, ਉਹਨੂੰ ਭੇਜਿਆ ਗਿਆ ਸੀ ਮੁੱਖ ਮੰਤਰੀ ਸਾਹਿਬ ਤੋਂ, ਅੱਜ ਇੱਥੇ ਗੁਰਜੀਤ ਸਿੰਘ ਖਾਲਸਾ ਦਾ ਪਤਾ ਲੈਣ ਅਤੇ ਉਹਦੀਆਂ ਮੰਗਾਂ ਬਾਰੇ ਵਿਚਾਰ ਕਰਨ ਵਾਸਤੇ ਇੱਥੇ ਅੱਜ ਉਹਨਾਂ ਨਾਲ ਬਹੁਤ ਸੋਹਣੀ ਵਧੀਆ ਮੀਟਿੰਗ ਹੋਈ ਅਤੇ ਗੁਰਜੀਤ ਸਿੰਘ ਖਾਲਸਾ ਨਾਲ ਵੀ ਵਿਚਾਰ ਹੋਏ ਅਤੇ ਉਹਨਾਂ ਨੇ ਪੂਰਾ ਵਿਸ਼ਵਾਸ ਦਵਾਇਆ ਵੀ ਇਹ ਮੁੱਦਾ ਦੇਖੋ ਕੇਂਦਰ ਦਾ, ਇਹ ਰਾਸ਼ਟਰਪਤੀ ਨੇ ਸੈਨ ਕਰਨੇ। ਉਹ ਕਹਿੰਦੇ ਅਸੀਂ ਰਾਸ਼ਟਰਪਤੀ ਨੂੰ ਮਿਲਾਂਗੇ, ਅਸੀਂ ਉੱਥੇ ਧਰਨਾ ਪ੍ਰਦਰਸ਼ਨ ਵੀ ਜੇ ਕਰਨਾ ਪਿਆ ਉੱਥੇ ਪਾਰਲੀਮੈਂਟ 'ਚ ਪੂਰੀ ਇਸ ਮੰਗ ਨੂੰ ਉਠਾਵਾਂਗੇ। ਸਾਡੇ 10 ਰਾਜਸਭਾ ਮੈਂਬਰ ਨੇ, 3 ਅਸੀਂ ਹਾਂ, ਅਤੇ ਉਹ ਕਹਿੰਦੇ ਅਸੀਂ 13 ਦੇ 13 ਬੰਦੇ ਉੱਥੇ ਪੂਰਾ ਮੁੱਦਾ ਗੁਰੂ ਗ੍ਰੰਥ ਸਾਹਿਬ ਦਾ ਉਠਾਵਾਂਗੇ।